ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਚੈਨਲ ਫਾਰਮਰ ਕਿੰਗ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਜੋ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਆਪਣੇ ਖੇਤੀਬਾੜੀ ਦੇ ਕਿਸੇ ਵੀ ਸੰਦ ਜਿਵੇਂ ਟਰੈਕਟਰ ਟਰਾਲੀ ਹਲ ਤਵੀਆਂ ਕਾਰ ਜੀਪ ਜਾਂ ਖੇਤੀ ਦੀ ਕਿਸੇ ਵੀ ਹੋਰ ਮਸ਼ੀਨਰੀ ਦੀ ਐਡ ਆਪਣੇ ਚੈਨਲ ਤੇ ਲਗਵਾਉਣ ਲਈ ਉਸ ਦੀਆਂ 4-5 ਫੋਟੋਆਂ ਤੇ ਨਾਲ ਹੀ ਲੋੜੀ ਦੀ ਜਾਣਕਾਰੀ ਜਿਵੇਂ ਰੇਟ, ਏਰੀਆ, ਮਾਡਲ, ਟਾਇਰ ਕਿੰਨੇ ਪੈਸੇ ਹੈ ਇਹ ਸਾਰੀ ਜਾਣਕਾਰੀ ਇਸ ਨੰਬਰ ਤੇ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਬਿਲਕੁਲ ਫ੍ਰੀ ਚੈਡ ਲਾਈ ਜਾਵੇਗੀ ਕੋਈ ਕਮਿਸ਼ਨ ਨਹੀਂ ਅੱਜ ਆਪਾਂ ਸੇਲ ਵਿੱਚ 6 ਚੀਜ਼ਾਂ ਲੈ ਕੇ ਆਏ ਆ ਦੋ ਸਬਰਾਜ 855 ਐਫੀ ਟਰੈਕਟਰ ਹੈ ਪ੍ਰੀਤ 987 ਕੰਬਾਈਨ ਹੈ, ਸਵਰਾਜ 8100 ਕੰਬਾਈਨ ਹੈ, ਬਿੱਲੀ ਜੀਪ ਹੈ, 14 बाई 6.5 ਫੁੱਟ ਸਾਈਜ਼ ਦੀ ਟਰਾਲੀ ਹੈ। ਹੁਣ ਤੁਹਾਨੂੰ ਸਵਰਾਜ 855 ਐਫੀ ਟਰੈਕਟਰ ਦਿਖਾ ਰਹੇ ਹਾਂ। ਇਹ ਟਰੈਕਟਰ 2010 ਮਾਡਲ ਹੈ, A ਕਲਾਸ ਕੰਡੀਸ਼ਨ ਵਿੱਚ ਟਰੈਕਟਰ ਖੜਾ ਹੈ। ਆਲ オリジナル ਟਰੈਕਟਰ ਹੈ, ਵਧੀਆ ਸ਼ਾਈਨਿੰਗ ਦੇ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ ਹੈ। ਟਰੈਕਟਰ ਦੇ ਬਾਡੀ ਜਾਸੀ ਲਿੰਕਾਂ ਦਾ ਨਾਲ ਦੀ ਰੰਗ ਪੇਂਟ ਹੈ। ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ। 3 ਸਟਾਰ ਟਰੈਕਟਰ ਹੈ ਇਹ ਟਰੈਕਟਰ ਡਬਲ ਕਲੱਚ ਹੈ ਸਿੰਪਲ ਸਟੀering ਤੇਲ ਵਾਲੀਆਂ ਬ੍ਰੇਕਾਂ ਤੇ ਸੈਂਟਰ ਗੇਅਰ ਦੇ ਨਾਲ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੇ ਫੁੱਲ ਹੈਵੀ ਕੁਆਲਿਟੀ ਦਾ ਵੱਡਾ ਬੈਂਪਰ ਲਗਵਾਇਆ ਗਿਆ ਹੈ ਬੈਂਪਰ ਪਰ ਸੰਗਲੀਆਂ ਲੱਗੀਆਂ ਹੋਈਆਂ ਨੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ 70 ਪੈਸੇ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਾਰੰਟੀ ਹੈ ਤੁਸੀਂ ਟਰੈਕਟਰ ਨੂੰ ਖਰੀਦਣ ਸਮੇਂ ਟਰੈਕਟਰ ਨੂੰ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਇਹ ਟਰੈਕਟਰ ਦਾ ਸਰੀ ਅਮਰਤਸਰ ਸਾਹਿਬ ਏਰੀਆ ਜਿੱਥੇ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 4,25,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਦੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਇੱਕ ਵਾਰ ਉਸਦੇ ਡਾਕੂਮੈਂਟਸ ਜ਼ਰੂਰ ਚੈੱਕ ਕਰੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆ ਸਕੇ ਜਿਹੜੇ ਵੀਰ ਮਸ਼ੀਨਰੀ ਦੀ ਐਡ ਲਗਵਾਉਣ ਲਈ ਫੋਟੋਆਂ ਭੇਜਦੇ ਆ ਉਹ ਆਪਣੀ ਮਸ਼ੀਨਰੀ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰਨਾ ਉਹਨਾਂ ਕੀ ਰੇਟ ਦੱਸਿਆ ਕਰਨਾ ਜਿੰਨੇ ਕ ਦੀ ਮਸ਼ੀਨਰੀ ਹੋਵੇ ਬਹੁਤ ਜ਼ਿਆਦਾ ਵੀਰਾਂ ਦੇ ਕਮੈਂਟ ਆਉਂਦੇ ਆ ਮੈਸੇਜ ਆਉਂਦੇ ਆ ਕਿ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦਸੀ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇਕਰ ਕੋਈ ਵੀ ਵੀਰ ਮਸ਼ੀਨਰੀ ਖਰੀਦਣ ਦਾ ਚਾਹਵਨ ਹੁੰਦਾ ਹੈ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਕੇ ਮਸ਼ੀਨਰੀ ਖਰੀਦ ਸਕਦਾ ਹੈ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰਨਾ ਤਾਂ ਕਿ ਹੋਰ ਵੀ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਨਾਲ ਜੁੜ ਸਕਣ ਹੁਣ ਤੁਹਾਨੂੰ ਸਵਰਾਜ 855 FE 2006 ਮਾਡਲ ਟਰੈਕਟਰ ਦਿਖਾ ਰਹੇ ਹਾਂ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਖੜਾ ਹੈ ਆਲ ओरिजिनल ਟਰੈਕਟਰ ਹੈ ਵਧੀਆ ਹਾਲਤ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ ਹੈ ਟਰੈਕਟਰ ਦੇ ਬਾਡੀ ਚਾਸੀ ਲਿੰਕਾਂ ਦਾ ਨਾਲ ਦੀ ਰੰਗ ਪੇਂਟ ਹੈ ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਇਹ ਟਰੈਕਟਰ ਡਬਲ ਕਲੱਚ ਸਿੰਪਲ ਸਟੀਅਰਿੰਗ ਸਿੰਪਲ ਬ੍ਰੇਕ ਸੈਂਟਰ ਗੇਅਰ ਦੇ ਨਾਲ ਹੈ ਟਰੈਕਟਰ ਦਾ ਪੰਜਾਬ ਦਾ ਨੰਬਰ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ 40 45 ਪੈਸੇ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਰੰਟੀ ਹੈ ਤੁਸੀਂ ਟਰੈਕਟਰ ਨੂੰ ਖਰੀਦਣ ਸਮੇ ਟਰੈਕਟਰ ਨੂੰ ਬਾਕੇ ਚਲਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਟਰੈਕਟਰ ਦਾ ਮੋਗਾ ਏਰੀਆ ਜਿੱਥੇ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 280000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਮਸ਼ੀਨਰੀ ਦੀ ਐਡ ਲਗਵਾਉਣ ਲਈ ਫੋਟੋਆਂ ਭੇਜਦੇ ਆ ਉਹ ਆਪਣੇ ਫੋਨ ਨੂੰ ਟੇਡਾ ਕਰਕੇ ਮਸ਼ੀਨਰੀ ਦੇ ਚਾਰੇ ਸਾਈਡ ਤੋਂ ਮਸ਼ੀਨਰੀ ਦੀਆਂ 4 ਤੋਂ 5 ਫੋਟੋਆਂ ਖਿੱਚ ਕੇ ਭੇਜਿਆ ਕਰਨਾ ਤਾਂਕੇ ਤੁਹਾਡੀ ਮਸ਼ੀਨਰੀ ਦੀ ਐਡ ਸਹੀ ਢੰਗ ਨਾਲ ਲੱਗ ਸਕੇ ਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ ਹੁਣ ਤੁਹਾਨੂੰ ਮੋਡੀਫਾਈ ਬਿੱਲੀ ਜੀਪ ਦਿਖਾ ਰਹੇ ਹਾਂ ਇਹ ਜੀਪ 1996 ਮਾਡਲ ਹੈ ਇਕਦਮ ਸਾਫ ਹਾਲਤ ਵਿੱਚ ਜੀਪ ਖੜੀ ਹੈ ਇਹ ਜੀਪ ਪਾਵਰ ਸਟੀering ਡਿਸਕ ਬ੍ਰੇਕਾਂ ਦੇ ਨਾਲ ਹੈ ਜੀਪ ਦੇ ਬਲੈਰੋ ਦਾ ਇੰਜਣ ਲੱਗਾ ਹੋਇਆ ਹੈ ਜੀਪ ਦਾ ਪੰਜਾਬ ਦਾ ਨੰਬਰ ਹੈ ਇਹ ਜੀਪ ਪਹਿਲੇ ਮਾਲਕ ਦੇ ਨਾਮ ਹੈ ਜੀਪ ਦੀ ਆਰਸੀ ਰੀਨਿਊ ਕਰਾਈ ਗਈ ਹੈ ਆਰਸੀ ਦੀ ਪਾਸਿੰਗ 2026 ਤੱਕ ਹੈ ਫੁੱਲ ਮੋਡੀਫਾਈ ਜੀਪ ਹੈ ਜੀਪ ਦੀ ਸਾਰੀ ਐਸੈਸਰੀ ਏ ਕਲਾਸ ਕੰਡੀਸ਼ਨ ਵਿੱਚ ਲੱਗੀ ਹੋਈ ਹੈ ਜੀਪ ਦੇ ਵਧੀਆ ਸਾਫ ਹਾਲਤ ਵਿੱਚ ਮੈਟ ਤੇ ਸ਼ੀਟ ਕਵਰ ਲੱਗੇ ਹੋਏ ਹੈ ਜੀਪ ਦੇ ਵਧੀਆ ਕੁਆਲਟੀ ਦੇ ਲਾਈ ਬੀਲ ਲੱਗੇ ਹੋਏ ਹੈ ਜੀਪ ਦੇ ਟਾਇਰਾਂ ਦੀ ਕੰਡੀਸ਼ਨ 50 55 ਪੈਸੇ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਏ ਕਲਾਸ ਕੰਡੀਸ਼ਨ ਵਿੱਚ ਜੀਪ ਚੱਲਦੀ ਹੈ ਇੰਜਨ ਗੇਅਰ ਦੀ ਜੀਪ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਜੀਪ ਦੀ ਫੁੱਲ ਗਰੰਟੀ ਹੈ ਤੁਸੀਂ ਜੀਪ ਨੂੰ ਖਰੀਦਣ ਸਮੇ ਜੀਪ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਆ ਇਹ ਜੀਪ ਦਾ ਅਬੋਹਰ ਏਰੀਆ ਹੈ ਜਿੱਥੇ ਇਹ ਜੀਪ ਖੜੀ ਹੈ ਮਾਲਕ ਵੀਰਾਂ ਵੱਲੋਂ ਜੀਪ ਦੀ ਡਿਮਾਂਡ ਰੱਖੀ ਗਈ ਹੈ 198000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਇਹ ਜੀਪ ਨੂੰ ਖਰੀਦ ਸਕਦੇ ਆ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਇੱਕ ਵਾਰ ਆਪਣੀ ਤਸੱਲੀ ਜ਼ਰੂਰ ਕਰੋ ਹੁਣ ਤੁਹਾਨੂੰ ਸਵਰਾਜ 8100 ਕੰਬਾਈਨ ਦਿਖਾ ਰਹੇ ਆ ਇਹ ਕੰਬਾਈਨ 1999 ਮਾਡਲ ਹੈ ਵਧੀਆ ਹਾਲਤ ਵਿੱਚ ਕੰਬਾਈਨ ਖੜੀ ਹੈ ਕੰਬਾਈਨ ਦੇ ਟਾਇਰਾਂ ਦੀ ਕੰਡੀਸ਼ਨ 70% ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਵਧੀਆ ਹਾਲਤ ਵਿੱਚ ਕੰਬਾਈਨ ਚੱਲਦੀ ਹੈ ਇੰਜਨ ਗੇਅਰ ਦੀ ਕੰਬਾਈਨ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਫੁੱਲ ਗਰੰਟੀ ਹੈ ਤੁਸੀਂ ਕੰਬਾਈਨ ਨੂੰ ਖਰੀਦਣ ਸਮੇਂ ਕੰਬਾਈਨ ਨੂੰ ਚਲਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਕੰਬਾਈਨ ਦਾ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਏਰੀਆ ਹੈ ਜਿੱਥੇ ਕੰਬਾਈਨ ਖੜੀ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਡਿਮਾਂਡ ਰੱਖੀ ਗਈ ਹੈ 415000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਕੰਬਾਈਨ ਨੂੰ ਖਰੀਦ ਸਕਦੇ ਹੋ ਜੇਕਰ ਕਿਸੇ ਵੀ ਵੀਰ ਨੇ ਕੋਈ ਮਸ਼ੀਨਰੀ ਖਰੀਦਣੀ ਹੁੰਦੀ ਹੈ ਤਾਂ ਵੀਡੀਓ ਦੇ ਵਿੱਚ ਮਾਲਕਾਂ ਦਾ ਨੰਬਰ ਦਿੱਤਾ ਹੁੰਦਾ ਹੈ ਉਸ ਨੰਬਰ ਤੇ ਹੀ ਕਾਲ ਕਰਿਆ ਕਰਨਾ ਹੈਲਪਲਾਈਨ ਨੰਬਰ ਤੇ ਤਾਂ ਸਿਰਫ ਐਡ ਲਗਵਾਉਣ ਵਾਸਤੇ ਹੀ ਕਾਲ ਕਰਿਆ ਕਰਨਾ ਹੁਣ ਤੁਹਾਨੂੰ ਬਿਨਾ ਜੈਕ ਵਾਲੀ ਟਰਾਲੀ ਦਿਖਾ ਰਹੇ ਹਾਂ ਇਹ ਟਰਾਲੀ ਦਾ ਸਾਈਜ਼ 14 ਫੁੱਟ ਲੰਬੀ ਹੈ ਸਾਢੇ 6 ਫੁੱਟ ਚੌੜੀ ਹੈ ਸਵਾ ਦੋ ਫੁੱਟ ਬਾਡੀ ਹੈ ਫੁੱਲ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਹੋਈ ਹੈ ਟਰਾਲੀ ਦੇ ਮੱਛੀ ਹੁੱਕ ਲੱਗੀ ਹੋਈ ਹੈ ਟਰਾਲੀ ਦੇ ਵਧੀਆ ਹਾਲਤ ਵਿੱਚ ਬਾੜ ਤੇ ਫਰਸ਼ ਦੀ ਚਾਦਰ ਲੱਗੀ ਹੋਈ ਹੈ ਟਰਾਲੀ ਦੇ ਫਰਸ਼ ਤੇ ਥੋੜੀਆਂ-ਬਹੁਤੀਆਂ ਟਾਕੀਆਂ ਲੱਗੀਆਂ ਹੋਈਆਂ ਨੇ ਪਰ ਟਰਾਲੀ ਦੇ ਜਿਆਦਾ ਕਿਤੇ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਤੇ ਨਾ ਹੀ ਕੋਈ ਗਲੀ ਸੜੀ ਹੈ ਸਿੰਗਲ ਟਾਇਰ ਵਾਲੀ ਟਰਾਲੀ ਹੈ ਟਰਾਲੀ ਦੇ ਸਾਫ਼ ਬੇਦਾਗ ਪੱਕੇ ਟਾਇਰ ਲੱਗੇ ਹੋਏ ਹੈ ਟਰਾਲੀ ਦੇ ਟਾਇਰਾਂ ਦੀ ਕੰਡੀਸ਼ਨ 40 ਪੈਸੇ ਐ ਦੋਨੇ ਟਾਇਰਾਂ ਦੀ ਸੇਮ ਕੰਡੀਸ਼ਨ ਐ ਇਹ ਟਰਾਲੀ ਦਾ ਹੁਸ਼ਿਆਰਪੁਰ ਏਰੀਆ ਜਿੱਥੇ ਇਹ ਟਰਾਲੀ ਖੜੀ ਐ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਡਿਮਾਂਡ ਰੱਖੀ ਗਈ ਐ 1 ਲੱਖ ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਐ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰਾਲੀ ਨੂੰ ਖਰੀਦ ਸਕਦੇ ਹੋ ਹਣ ਤਹਾ ਨੂੰ ਪ੍ਰੀਤ 987 ਕੰਬਾਈਨ ਦਿਖਾ ਰਹੇ ਹਾਂ ਇਹ ਕੰਬਾਈਨ 2004 ਮਾਡਲ ਹੈ ਵਧੀਆ ਹਾਲਤ ਵਿੱਚ ਕੰਬਾਈਨ ਖੜੀ ਹੈ ਵਧੀਆ ਸਾਫ ਹਾਲਤ ਵਿੱਚ ਕੰਬਾਈਨ ਦਾ ਰੰਗ ਪੇਂਟ ਪਿਆ ਹੈ ਕੰਬਾਈਨ ਦੇ ਪੇਟੀਬੰਦ ਇੰਜਨ ਲੱਗਾ ਹੋਇਆ ਹੈ ਇੰਜਨ ਗੇਅਰ ਦੀ ਕੰਬਾਈਨ ਬਿਲਕੁਲ ਓਕੇ ਹੈ ਕੰਬਾਈਨ ਦੇ ਟਾਇਰਾਂ ਦੀ ਕੰਡੀਸ਼ਨ 50 ਪੈਸੇ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਵਧੀਆ ਹਾਲਤ ਵਿੱਚ ਕੰਬਾਈਨ ਚੱਲਦੀ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਫੁੱਲ ਗਾਰੰਟੀ ਹੈ ਤੁਸੀਂ ਕੰਬਾਈਨ ਨੂੰ ਖਰੀਦਣ ਸਮੇਂ ਕੰਬਾਈਨ ਨੂੰ ਚਲਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਆ। ਇਹ ਕੰਬਾਈਨ ਦਾ ਧੂਰੀ ਏਰੀਆ ਜਿੱਥੇ ਕੰਬਾਈਨ ਖੜੀ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਡਿਮਾਂਡ ਰੱਖੀ ਗਈ ਹੈ 5,80,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਦੇ ਲੈਸ ਹੋਈ ਜਾਂਦਾ ਹੈ। ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਇਹ ਕੰਬਾਈਨ ਨੂੰ ਖਰੀਦ ਸਕਦੇ ਆ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਇਸ ਨਾਲ ਤੁਹਾਨੂੰ ਖੇਤੀਬਾੜੀ ਦੇ ਸੰਦ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕਦੀ ਹੈ ਥੈਂਕ ਯੂ